ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਖੁਸ਼ੀ ਦਾ ਦਿਨ ਹੈ ਮੇਰੇ ਵਾਸਤੇ ਅਤੇ ਤੁਹਾਡੇ ਵਾਸਤੇ ਤਾਂ ਚਲ ਹੋਊਗਾ ਹੀ ਹੋਊਗਾ। ਮੇਰੇ ਵਾਸਤੇ ਇਹ ਕਿ ਜਿਹੜਾ ਕੁਛ ਮੈਂ ਸੋਚਿਆ ਸੀਗਾ ਉਹ ਅੱਜ ਸਟਾਰਟ ਹੋਣ ਜਾ ਰਿਹਾ, ਠੀਕ ਹੈ। ਹਜੇ ਵੀ ਇਹ 100% ਜਿਹੜਾ ਸੈਟਅਪ ਨਹੀਂ ਹੈਗਾ, ਕਿਉਂਕਿ ਜਿਹੜਾ ਮੈਂ ਸੋਚਿਆ ਸੀਗਾ ਹਜੇ ਉਹ ਵੀ ਨਹੀਂ ਹੋਇਆ, ਕਿਉਂਕਿ ਜਿਹੜੀ ਚੀਜ਼ ਸੋਚੀ ਹੈ ਨਾ ਜਦੋਂ ਉਹ ਹੋ ਗਈ ਤਾਂ ਉਹ ਮੇਰੇ ਹਿਸਾਬ ਨਾਲ 100% ਮੇਰੇ ਵੱਲੋਂ ਤਸੱਲੀ ਹੋ ਜੂਗੀ। ਬਟ ਫਿਰ ਵੀ ਟੈਂਪਰੇਰੀ ਤੌਰ 'ਤੇ ਆਪਾਂ ਵੀਡੀਓ ਤਿਆਰ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ। ਹੁਣ ਜਿਹੜੀ ਪਿਛਲੀ ਵੀਡੀਓ ਲੈਕਚਰ ਸੀਗਾ ਉਹ ਮੇਰੇ ਵਾਸਤੇ ਸੈਟਿਸਫੈਕਟਰੀ ਸੀਗਾ, ਉਹਦੇ ਵਿੱਚ ਪਿਕਸ ਵਗੈਰਾ ਵਧੀਆ ਨਹੀਂ ਆਈਆਂ ਸੀਗੀਆਂ। ਹਾਲਾਂਕਿ ਰਿਸਪੋਂਸ ਉਹਦਾ ਗੁੱਡ ਮਿਲਿਆ, ਜਿੰਨੇ ਵੀ ਕਮੈਂਟਸ ਆਇਆ ਸਾਰਿਆਂ ਨੂੰ ਸਮਝ ਲੱਗਿਆ ਗਿਆ। ਇੱਕ ਦੋ ਕਮੈਂਟਸ ਜਿਨ੍ਹਾਂ ਨੂੰ ਸਮਝ ਨਹੀਂ ਲੱਗਿਆ ਆਪਾਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ, ਠੀਕ ਹੈ। ਉਹ ਸੈਡ ਨਾ ਹੁਣ ਆਪਾਂ ਇਸ ਦੇ ਵਿੱਚ ਪਿਛਲੀ ਵੀਡੀਓ ਦਾ ਹੀ ਸਾਰਾ ਕਰਨਾ ਗਾ, ਠੀਕ ਹੈ। ਉਹ ਕਿਉਂ? ਕਿਉਂਕਿ ਪਹਿਲੀ ਵੀਡੀਓ ਹੈ ਜਿਹੜੀ ਲਾਈਵ ਮੈਂ ਬਣਾ ਰਿਹਾ ਗਾ, ਤਾਂ ਜਿਨ੍ਹਾਂ ਨੇ ਪਿਛਲੀ ਵੀਡੀਓ ਦੇਖੀ ਸੀਗੀ ਉਹ ਇਹਦੇ ਵਿੱਚ ਸੁਜੈਸ਼ਨ ਦੇ ਦੇਣ ਮੈਨੂੰ ਕਿ ਸਰ ਲਾਈਵ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਇਹ ਆ ਰਹੀ, ਸਾਨੂੰ ਲਾਈਟਿੰਗ ਦੀ ਪ੍ਰੋਬਲਮ ਆ ਰਹੀ, ਸਾਨੂੰ ਸਮਝ ਨਹੀਂ ਲੱਗ ਰਹੀ, ਜਾਂ ਹਜੇ ਥੋੜ੍ਹੇ ਜਿਹੇ ਅੱਖਰ ਘੱਟ ਵੱਧ ਆ ਰਹੇ ਆ, ਉਹ ਮੈਨੂੰ ਇਹ ਸੁਜੈਸ਼ਨ ਦੇ ਦੇਣਗੇ, ਕਿਉਂਕਿ ਉਹਨਾਂ ਨੂੰ ਪਿਛਲੀ ਵੀਡੀਓ ਦੀ ਸਮਝ ਤਾਂ ਲੱਗ ਹੀ ਗਿਆ ਸੀ। ਅਤੇ ਜਿਨ੍ਹਾਂ ਨੂੰ ਸਮਝ ਨਹੀਂ ਲੱਗਿਆ ਸੀ ਪਿਛਲੀ ਵੀਡੀਓ, ਉਹਨਾਂ ਨੂੰ ਸਮਝ ਲੱਗ ਜੂਗਾ, ਇਹ ਗਰੰਟੀ ਮੇਰੀ ਆ, ਠੀਕ ਹੈ। ਸੋ ਇਹ ਤੁਸੀਂ ਮੈਨੂੰ ਸੁਜੈਸ਼ਨ ਦੇ ਦਿਓ ਪਲੀਜ਼, ਆਪਾਂ ਪਿਛਲੀ ਵੀਡੀਓ ਦਾ ਹੀ ਸਟਾਰਟ ਜਿਹੜਾ ਕਰਦੇ ਹਾਂ, ਠੀਕ ਹੈ। ਸੋ ਜਿਵੇਂ ਕਿ ਮੈਂ ਟ੍ਰਾਇੰਗਲ ਦੀਆਂ ਪ੍ਰੋਪਰਟੀਜ਼ ਦੱਸ ਰਿਹਾ ਸੀ ਪਿਛਲੀ ਵੀਡੀਓ ਵਿੱਚ, ਕਿ ਮੰਨ ਲਓ ਇੱਕ ਟ੍ਰਾਇੰਗਲ ਹੈ, ਠੀਕ ਹੈ, ਟ੍ਰਾਇੰਗਲ ਹੈ। ਜੇ ਆਪਾਂ ਉਸ ਟ੍ਰਾਇੰਗਲ ਦੀਆਂ ਹਰੇਕ ਭੁਜਾ ਦੇ ਮੀਡੀਅਨਸ ਨੂੰ ਮਿਲਾ ਦਈਏ, ਯਾਨੀ ਕਿ ਆਹ ਭੁਜਾ ਦਾ ਅੱਧ ਹੋ ਗਿਆ, ਆਹ ਭੁਜਾ ਦਾ ਅੱਧ ਹੋ ਗਿਆ, ਆਹ ਭੁਜਾ ਦਾ ਅੱਧ ਹੋ ਗਿਆ, ਜੇ ਆਪਾਂ ਇਹਨਾਂ ਭੁਜਾਵਾਂ ਦੇ ਅੱਧ ਨੂੰ ਮਿਲਾ ਦਈਏ, ਠੀਕ ਹੈ, ਤਾਂ ਅੰਦਰ ਚਾਰ ਟ੍ਰਾਇੰਗਲਾਂ ਬਣ ਜਾਣਗੀਆਂ। ਇੱਕ ਆਹ ਟ੍ਰਾਇੰਗਲ ਬਣ ਗਈ, ਦੋ, ਤਿੰਨ, ਚਾਰ। ਤਾਂ ਕੀ ਹੁੰਦਾ ਗਾ, ਪ੍ਰੋਪਰਟੀ ਕੀ ਆ ਵੀ ਜਦੋਂ ਵੀ ਆਪਾਂ ਕਿਸੇ ਟ੍ਰਾਇੰਗਲ ਦੀਆਂ ਉਹਨਾਂ ਦੀਆਂ ਯਾਨੀ ਕਿ ਮੀਡੀਅਨਸ ਨੂੰ ਮਿਲਾਉਂਦੇ ਹਾਂ ਤਾਂ ਅੰਦਰ ਉਹ ਇਕੁਅਲ ਚਾਰ ਭਾਗਾਂ ਦੇ ਵਿੱਚ ਵੰਡਿਆ ਜਾਂਦਾ, ਯਾਨੀ ਕਿ ਆਹ ਇਹ ਚਾਰੇ ਯਾਨੀ ਕਿ ਇਹਨਾਂ ਦਾ ਜਿਹੜਾ ਏਰੀਆ ਹੋਊਗਾ ਉਹ ਬਰਾਬਰ ਹੋਊਗਾ। ਜੇ ਮੰਨ ਲਓ ਮੈਂ ਇਹਦਾ ਏਰੀਆ ਇੱਕ ਮੰਨ ਲਾ, ਇਹਦਾ ਵੀ ਇੱਕ ਹੋਊਗਾ, ਇਹਦਾ ਵੀ ਇੱਕ ਹੋਊਗਾ, ਇਹਦਾ ਵੀ ਇੱਕ ਹੋਊਗਾ, ਤਾਂ ਯਾਨੀ ਕਿ ਜੇ ਆਪਾਂ ਟੋਟਲ ਦਾ ਕਰੀਏ ਤਾਂ 1, 2, 3, 4, ਤਾਂ ਟੋਟਲ ਜੇ ਮੈਂ ਏ ਬੀ ਸੀ ਦੀ ਗੱਲ ਕਰਾਂ ਤਾਂ ਟੋਟਲ ਏ ਬੀ ਸੀ ਏਰੀਆ ਆਫ ਟ੍ਰਾਇੰਗਲ ਏ ਬੀ ਸੀ ਜਿਸ ਚਾਰੇ ਇੱਕ ਇੱਕ ਆ ਤਾਂ ਚਾਰ ਹੋ ਜੂਗਾ, ਕਹਿਣ ਦਾ ਮਤਲਬ, ਠੀਕ ਹੈ। ਤਾਂ ਜੇ ਮੰਨ ਲਓ ਮੈਂ ਇਹਨੂੰ ਡੀ ਈ ਐੱਫ ਰੱਖਦਾ, ਡੀ ਈ ਐੱਫ, ਠੀਕ ਹੈ, ਤਾਂ ਡੀ ਈ ਐੱਫ ਜਿਹੜੀ ਯਾਨੀ ਕਿ ਟ੍ਰਾਇੰਗਲ ਇਹ ਡੀ ਈ ਐੱਫ ਬਣੀ ਹੈ ਤਾਂ ਇਹਦਾ ਏਰੀਆ ਕਿੰਨਾ ਹੋਊਗਾ, ਪੁੱਛਿਆ ਜਾਂਦਾ ਅਕਸਰ, ਠੀਕ ਹੈ। ਜੇ ਮੈਂ ਆਹ ਡੀ ਈ ਐੱਫ ਜਿਹੜੀ ਟ੍ਰਾਇੰਗਲ ਆ, ਜੇ ਮੈਂ ਇਹਦਾ ਪੁੱਛਾਂ ਕਿ ਇਹ ਟ੍ਰਾਇੰਗਲ ਦਾ ਏਰੀਆ ਕਿੰਨਾ, ਠੀਕ ਹੈ, ਇਹ ਟ੍ਰਾਇੰਗਲ ਦਾ ਏਰੀਆ ਕਿੰਨਾ ਗਾ, ਤਾਂ ਉਹ ਪੂਰੀ ਟ੍ਰਾਇੰਗਲ ਦੇ ਚੌਥੇ ਹਿੱਸੇ ਦੇ ਬਰਾਬਰ ਹੋਊਗਾ, ਕਿਉਂਕਿ ਆਹ ਤਿੰਨ ਤਾਂ ਆਪਾਂ ਛੱਡਤੇ, ਤਿੰਨ ਛੱਡ ਕੇ ਯਾਨੀ ਕਿ ਆ ਜਿਹੜਾ ਚੌਥਾ ਹਿੱਸਾ ਇਹ ਪੂਰੀ ਟ੍ਰਾਇੰਗਲ ਦੇ ਚੌਥੇ ਹਿੱਸੇ ਦੇ ਬਰਾਬਰ ਹੋਊਗਾ। ਤਾਂ ਜੇ ਮੈਂ ਏਰੀਆ ਆਫ ਟ੍ਰਾਇੰਗਲ ਏ ਬੀ ਸੀ ਦੀ ਗੱਲ ਕਰਾਂ, ਠੀਕ ਹੈ, ਤਾਂ ਉਹ ਬਰਾਬਰ ਹੋਊਗਾ 4 × ਏਰੀਆ ਆਫ ਟ੍ਰਾਇੰਗਲ ਡੀ ਈ ਐੱਫ ਹੋਊਗਾ, ਕਿਉਂਕਿ ਡੀ ਈ ਐੱਫ ਇੱਕ ਹੈ, ਟੋਟਲ ਕੀ ਬਣ ਜੂਗਾ 4, ਯਾਨੀ ਕਿ ਆਹ ਜਿਹੜਾ ਡੀ ਈ ਐੱਫ ਹੈ ਇਹ ਏ ਬੀ ਸੀ ਦਾ ਚੌਥਾ ਹਿੱਸਾ। ਇਹਨੂੰ ਆਪਾਂ ਐਂ ਵੀ ਲਿਖ ਸਕਦੇ ਹਾਂ ਕਿ ਏਰੀਆ ਆਫ ਟ੍ਰਾਇੰਗਲ ਡੀ ਈ ਐੱਫ ਬਰਾਬਰ ਹੈ 1/4 ਏਰੀਆ ਟ੍ਰਾਇੰਗਲ ਏ ਬੀ ਸੀ, ਠੀਕ ਹੈ। ਤਾਂ ਕਹਿਣ ਦਾ ਮਤਲਬ ਇਹ ਬਣ ਜੂਗਾ ਕਿ ਜਿਹੜਾ ਡੀ ਈ ਐੱਫ ਦਾ ਟ੍ਰਾਇੰਗਲ ਏਰੀਆ ਹੈਗਾ ਜਿਹੜਾ ਉਹ ਪੂਰੀ ਟ੍ਰਾਇੰਗਲ ਦੇ ਚੌਥੇ ਹਿੱਸੇ ਦੇ ਬਰਾਬਰ ਹੈ। ਅਤੇ ਇਸੇ ਪ੍ਰੋਪਰਟੀ ਨੂੰ ਗਾਹਾਂ ਲਿਜਾ ਕੇ ਮੈਂ ਇੱਕ ਫਾਰਮੂਲਾ ਜਨਰੇਟ ਕੀਤਾ ਸੀਗਾ, ਉਹ ਫਾਰਮੂਲਾ ਕੀ ਸੀ ਆਪਾਂ ਉਹਦੇ ਬਾਰੇ ਵੀ ਆਪਾਂ ਚਰਚਾ ਕਰਦੇ ਹਾਂ। ਉਹ ਕੀ ਸੀਗਾ, ਉਹ ਮੈਂ ਦੱਸਦਾ ਤੁਹਾਨੂੰ ਕੀ ਸੀ। ਉਹ ਮੰਨ ਲਓ ਆਪਾਂ ਟ੍ਰਾਇੰਗਲ ਹੀ ਬਣਾਉਣੇ ਇੱਕ, ਫਿਰ ਇਹ ਟ੍ਰਾਇੰਗਲ ਹੈ, ਇੱਥੇ ਦਿਸ ਰਿਹਾ ਉਹ ਮੇਰੇ ਹਿਸਾਬ ਨਾਲ, ਠੀਕ ਹੈ, ਇਹ ਟ੍ਰਾਇੰਗਲ ਹੈ, ਠੀਕ ਹੈ, ਏ ਬੀ ਸੀ, ਠੀਕ ਹੈ। ਤਾਂ ਆਪਾਂ ਇਹਦੇ ਮੀਡੀਅਨਸ ਨੂੰ ਮਿਲਾਤਾ ਤਾਂ ਅੰਦਰ ਇੱਕ ਟ੍ਰਾਇੰਗਲ ਬਣ ਗਈ, ਅੰਦਰ, ਠੀਕ ਹੈ। ਫਿਰ ਆਪਾਂ ਇਹਦੇ ਵੀ ਮੀਡੀਅਨਸ ਨੂੰ ਮਿਲਾਤਾ, ਇਹਦੀਆਂ ਭੁਜਾਵਾਂ ਦੇ ਮੀਡੀਅਨਸ ਨੂੰ ਮਿਲਾਤਾ, ਯਾਨੀ ਕਿ ਆਹ ਆਹ ਅਤੇ ਆਹ, ਠੀਕ ਹੈ, ਤਾਂ ਇਹ ਵੀ ਇੱਕ ਟ੍ਰਾਇੰਗਲ ਬਣ ਗਈ। ਫਿਰ ਜਿਹੜੀ ਆਹ ਟ੍ਰਾਇੰਗਲ ਬਣ ਗਈ ਆਪਾਂ ਇਹਦੇ ਵੀ ਮੀਡੀਅਨਸ ਨੂੰ ਮਿਲਾਤਾ, ਤਾਂ ਆਪਾਂ ਜਿਹੜੀ ਇਹ ਪ੍ਰੋਸੈਸ ਹੈ ਇਹ ਆਪਾਂ ਇਨਫਿਨਿਟੀ ਟਾਈਮ ਤੱਕ ਕਰਤੀ, ਇਨਫਿਨਿਟੀ ਟਾਈਮ ਤੱਕ, ਅਣਗਿਣਤ ਟਾਈਮ ਤੱਕ। ਤਾਂ ਪੁੱਛਿਆ ਕਿ ਜਾਂਦਾ ਵੀ ਜਿੰਨੀਆਂ ਵੀ ਟ੍ਰਾਇੰਗਲਾਂ ਬਣ ਗਈਆਂ ਅੰਦਰ ਦੀ ਅੰਦਰ ਟ੍ਰਾਇੰਗਲ, ਅੰਦਰ ਦੀ ਅੰਦਰ ਟ੍ਰਾਇੰਗਲ, ਅੰਦਰ ਦੀ ਅੰਦਰ ਟ੍ਰਾਇੰਗਲ, ਤਾਂ ਉਹਨਾਂ ਦੇ ਏਰੀਏ ਦਾ ਸਮ ਕੀ ਹੈ, ਉਹਨਾਂ ਦੇ ਏਰੀਏ ਦਾ ਜੋੜ ਕੀ ਹੈ। ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਜੇ ਮੰਨ ਲਓ ਆਪਾਂ ਪੂਰੇ ਏ ਬੀ ਸੀ ਦੇ ਏਰੀਏ ਨੂੰ ਆਪਾਂ ਏ ਮੰਨਣਗੇ, ਕੈਪੀਟਲ ਏ ਮੰਨਣੇ ਹੈ, ਤਾਂ ਜਿਹੜੀ ਇੱਕ ਟ੍ਰਾਇੰਗਲ ਬਣੂਗੀ ਅੰਦਰ, ਜਿਵੇਂ ਕਿ ਆਹ ਜਿਹੜੀ ਟ੍ਰਾਇੰਗਲ ਬਣੀ ਹੈ, ਆਹ ਜਿਹੜੀ ਟ੍ਰਾਇੰਗਲ ਬਣੀ ਹੈ ਵੱਡੀ ਅੰਦਰ ਮੀਡੀਅਨਸ ਨੂੰ ਮਿਲਾ ਕੇ, ਤਾਂ ਇਹਦਾ ਕੀ ਹੋਊਗਾ, ਵੱਡੀ ਟ੍ਰਾਇੰਗਲ ਦੇ 1/4 ਦੇ ਬਰਾਬਰ ਹੋਊ ਕਿ ਨਾ। ਤਾਂ ਆਪਾਂ ਜੋੜ ਕਰਨਾ ਗਾ ਸਾਰੀਆਂ, ਤਾਂ ਉਸ ਤੋਂ ਬਾਅਦ ਕੀ ਹੋਊਗਾ, ਪਲੱਸ, ਫਿਰ ਉਹਦਾ ਵੀ 1/4 ਹੋਊ ਗਾਹਾਂ, ਫਿਰ ਉਹਦੇ ਮੀਡੀਅਨਸ ਨੂੰ ਮਿਲਾ ਕੇ ਫਿਰ ਉਹਦਾ 1/4 ਹੋਊ, ਅਤੇ ਕਦੋਂ ਤੱਕ ਹੋਊ ਇਹ ਹੋ ਜੂਗਾ, ਇਨਫਿਨਿਟੀ ਟਾਈਮ ਤੱਕ ਹੋ ਜੂਗਾ, ਠੀਕ ਹੈ। ਤਾਂ ਕਹਿਣ ਦਾ ਮਤਲਬ ਜਦੋਂ ਇਨਫਿਨਿਟੀ ਟਾਈਮ ਤੱਕ ਹੋ ਗਿਆ ਤਾਂ ਇਹ ਫਾਰਮੂਲਾ ਬਣ ਗਿਆ। ਫਾਰਮੂਲਾ ਕੀ ਬਣੂਗਾ ਉਹ ਮੈਂ ਤੁਹਾਨੂੰ ਦੱਸਦਾ। ਤਾਂ ਆਪਾਂ
फार्मूला जनरेट करना इतों बेसिकली पेपरों के होगा सीधा फार्मूला तुम्हें याद करना पेगा बट मैं दसदा कि फार्मूला बनया किमें तो यानी कि ए जो एरिया ठीक है ए प्लस उस तो बाद एक बटा चार ए प्लस एक बटा चार इंटू एक बटा चार ए तो यह बन गया इनफिनिटी तक बन गया ठीक है। जी पी सीरीज़ बन गई तो जी मान लो मैं ए कॉमन कढ़ लाँ तो इतों वन प्लस फोर इंटू यदा स्केयर ही कर लो ठीक है फिर वह क्यूब आजूगा फिर वह यानी कि जी पी सीरीज़ बन गई तो जी पी सीरीज़ ए पी सीरीज़ तुम सारे ने पढ़ी होनी है ठीक है। तो जो ए कॉमन कढ़ ली तो जी पी सीरीज़ का जो फार्मूला होंगे गा फार्मूला जी पी सीरीज़ का की होंगे गा पहली टर्म ठीक है पहली टर्म सॉरी वन अपॉन यानी कि ए इतने तो ए वन ही है ना तो पहली टर्म वन माइनस आर यानी कि रेशो तो यह जी पी सीरीज़ का फार्मूला होंगे तो इतों की बन जूगा यह जिमें ए कॉमन निकलिया वै तो इतों पहली टर्म की आजगी वन थले वन माइनस आर वन माइनस रेशो की है एक बटा चार तो इतों कट कटा के चार तीन तीन बटा चार आजू तीन बटा चार आ गए उल्ट करके की आजूगा चार बटा तीन ए आजूगा ए जी कैपी यानी कि आप एरिया जी बाहर है ठीक है। तो चार बटे तीन ए आ गया तो कहण का मतलब सम ऑफ ऑल ट्रैंगल्स जिन्या भी ट्रैंगल्स बनिया ठीक है तो वह उन्होंने जोड़ा एरिया जिसे बराबर सम यानी कि जो होगा वह फोर बाय थ्री इंटू ए होगा तो मैं लिख सकता गा कि सम ऑफ ऑल ट्रैंगल्स ठीक है तो की आऊगा फोर बाय थ्री इंटू ए आजगा ठीक है। तो हम क्वेश्चन किमें आऊगा इतने मैं क्वेश्चन तो नहीं लिख सकता जिमें स्लाइडा के क्वेश्चन मैं थोड़ा ना टैलीग्राम ग्रुप के क्वेश्चन सेंड कर देंगे दस बारह एग्जाम्पल ठीक है वो तो कर लिया करो बट इतने मैं एग्जाम्पल ले दिया करूँगा एक अद्धी ठीक है जिद क्वेश्चन का पता लग जाऊगा क्वेश्चन आऊ किमें तो क्वेश्चन किमें आ सकता है क्वेश्चन आऊगा कि ट्रैंगल है कोई भी ठीक है कोई भी ट्रैंगल है वो दिया साइड्स आपां नूं दित्तियां होणगियां मान लो बारह यानी कि इक्वलेटर ट्रैंगल दित्ती हुई इक्वलेटर ट्रैंगल का मतलब होंदा गा जिसे तीनों भुजावां बराबर होण। एक चीज़ नोट कर लो पिछली वीडियो विच भी दस्या सीगा कि जिहड़ी इक्वलेटर ट्रैंगल होंदी है इक्वलेटर ट्रैंगल होंदी है जिहड़ी ठीक है तो वह जिहड़ा एरिया होंदा गा ठीक है वह एरिया बराबर होंदा गा रूट थ्री अपॉन फोर इंटू साइड द होल स्केयर ठीक है। तो कहने का मतलब जो यदा एरिया आप कढ़ांगे तो वह रूट थ्री अपॉन फोर इंटू साइड द स्केयर आऊगा ठीक है। तो हूँ जो इन पूछ लिया कि भी ये मीडियनज़ में मिलाया क्वेश्चन की आऊगा भी ट्रैंगल एक वो मीडियनज़ में मिलाया आप तो मीडियनज़ में मिला के जी अंदर ट्रैंगल बन गई फिर वो मीडियनज़ में मिला के अंदर ट्रैंगल बन गई फिर वो मीडियम में मिला के अंदर ट्रैंगल बन गई तो यह इनफिनिटी टाइम तक हो गया। तो क्वेश्चन की पूछा जाऊगा कि सम ऑफ ऑल ट्रैंगल्स सम ऑफ एरियाज ऑफ ऑल ट्रैंगल्स कि सारे एरिया जिन्हें कि सारिया ट्रैंगल उन्होंने एरिया का सम की होगा तो तुम्हें पता फार्मूला आप जो जनरेट किया गा कि सम ऑफ एरियाज ऑफ ऑल ट्रैंगल की होंगे गा फोर बाय थ्री इंटू एरिया ऑफ ट्रैंगल ए बी सी यही फार्मूला सीगा ठीक है। तो फोर बाय थ्री इंटू एरिया की आजूगा एरिया से कढ़ लो जो मैं तुम्हें दसिया एरिया कढ़ के देख लो एरिया कितना आजूगा रूट थ्री बाय फोर इंटू बारह का होल स्केयर या बारह इंटू बारह लिख सकते हो तुम ठीक है। तो चार तीए बारह बारह तीए छत्ती छत्ती रूट तीन आ गया तो यह एरिया आ गया तो इनू गुणा कर दो इतने छत्ती रूट तीन समझ गए तो इतों कट्टा जाऊगा यह बारह आजूगा तो अड़ताली रूट तीन आंसर आ गया तो यह यानी कि बन गया सम ऑफ एरियाज ऑफ ऑल ट्रैंगल्स ठीक है। तो होपफुली तुहानू इह समझ लग गया होगा। इस तो बाद मैं पैरीमीटर करवाया सीगा बट मैनू हुण एक मैं थक्या वाला पै क्योंकि सैटअप करन ते टाइम लग गया ठीक है। सो यह एक मैं फार्मूला करवाया हुण तुसीं सजैशन दे दो कि तुहानू इह चीज़ां समझ लगियां एवें ठीक है फिर आपां इहनू कंटिन्यू करांगे। बाकी मैं तुहानू होर दस दिंदा कि यह हजे स्टार्टिंग है इस तो वधिया ही बणूगा इहदू बाद इहदू घटिया तां बणदा नहीं बट तुसीं सजैशन दे सकदे क्योंकि कल दा टाइम अज रात लेट हो गए ठीक है बणिया नहीं क्योंकि पहलां लगदा सी कि अज हो जूगा बट तुसीं सजैशन दे सकदे हो कल नूं दिने मैं टाइम कढ के यानी कि सैटअप सारा तैयार कर लूँगा अज टैंपरेरी तौर पर सीगा क्योंकि बोर्ड मेरे कोल सीगा वाइट ठीक है। तो तुसीं मैनूं सजैशन करके दस दिओ किवें लग्गिया कोई भी सजैशन तुहाडी जी मेरी लगदी होई कि हाँ ठीक है गल इह तां उवें आपां करके देख लांगे ठीक है। बाकी तुहानूं वीडियो किवें लगी इहनूं शेयर करो अपने फ्रेंड्स मित्र प्यारे नाल जिन्हां नूं मैथ नहीं आउंदा उन्हां नूं लैके आओ इत्थे अपने चैनल ते आपां नूं सारा मैथ करांगे कल्ली मेंसुरेशन नहीं सारा मैथ कल्ली कल्ली रीजनिंग यानी कि जिहड़ा कल्ला कल्ला उहदा सबजैक्ट आ उह सारा कर दांगे पूर्ण तौर ते तुहानूं आउण लग जूगा गरंटी आ कोई भी क्वेश्चन नहीं छड्डदे इह गरंटी मेरी आ ठीक है। सो शेयर करो वीडियोज़ में बाकी मेरे चैनल सबसक्राइब करो बाकी अनअकैडमी तो एजुकेटर तुम उत्थे मैंने फॉलो कर सकते हो उत्थे मैं जी एस करवा रहा सारे ठीक है। तो जी एस उत्थे बहुत वधिया तरीके कर रहा था
होपफुली ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ। ਆਪਾਂ ਹੋਰ ਨਵੀਂ ਨਵੀਂ ਵੀਡੀਓਜ਼ ਨਾਲ ਮਿਲਦੇ ਰਹਾਂਗੇ। ਧੰਨਵਾਦ।